ਜੇ ਕਸੂਰ ਕੇ ਵਿਜ਼ਨ ਕੇ ਮੁਤਾਬਕ ਡੀਐਸਪੀ ਪਤੋ ਕੇ ਕਿਸ ਜ਼ੇਰੇ ਨਗਰਾਨੀ ਐਸਐਚਓ ਥਾਣਾ ਸਿਟੀ ਫੂਲ ਨਗਰ ਅਸਲਾਮ ਬੱਟੀ ਨੇ ਮਰਸ਼ੀਆ ਫਰੋਜ ਦੇ ਖਿਲਾਫ ਭਰਪੂਰ ਕਾਰਵਾਈ ਕਰਦੇ ਹੋਏ ਹਾਲੀ ਆਇਤਰ ਜ਼ੈਦੀ ਸੇ 1530 ਗ੍ਰਾਮ ਚਰਸ 1250 ਰੁਪਏ ਨਕਦੀ ਰਕਮ ਔਰ ਮੋਬਾਈਲ ਫੋਨ ਤੋਕੀਰ ਅਹਿਮਦ ਸੇ 1450 ਗ੍ਰਾਮ ਚਰਸ 300 ਰੁਪਏ ਨਕਦੀ ਰਕਮ ਔਰ ਮੋਬਾਈਲ ਫੋਨ ਜਬਕਿ ਪਤੋ ਵੀ ਰਹਿਸ਼ੀ ਅਜ਼ੀਮ ਸੇ 600 ਗ੍ਰਾਮ ਚਰਸ 630 ਰੁਪਏ ਨਕਦੀ ਰਕਮ ਔਰ ਮੋਬਾਈਲ ਫੋਨ ਬਰਾਮਦ ਕਰਕੇ ਤਿੰਨੋਂ ਮੁਲਜ਼ਮਾਨ ਕੇ ਖਿਲਾਫ ਮੁਖਤਲਫ ਮੁਕੱਦਮਾ ਦਰਜ ਕਰਕੇ ਹਵਾਲਾ ਤੋਂ ਬੰਦ ਕਰ ਦਿਆ ਹਲੇ ਆਨੇ ਫੂਲ ਨਗਰ ਨੇ ਐਸਐਚਓ ਥਾਣਾ ਸਿਟੀ ਫੂਲ ਨਗਰ ਅਸਲਮ ਬੱਟੀ ਕੀ ਇਸਤਬਾਂਗ ਕਾਰਵਾਈ ਪਰ ਦਿਲ ਖੋਲ ਕਰ ਖਰਾਜ ਤਹਿਸੀਨ ਪੇਸ਼ ਕੀਆ ਔਰ ਸ਼ਰਾਬ ਫਰੋਸ਼ੋ ਕੇ ਖਿਲਾਫ ਵੀ ਕਾਰਵਾਈ ਕਰਨੇ ਕਾ ਮੁਤਾਲਬਾ ਕੀਆ ਕੈਮਰਾਮੈਨ ਮੁਸ਼ਤਾਕ ਰਜ਼ਾ ਕੇ ਸਾਥ ਸਾਬਰ ਰਾਣਾ ਮਸ਼ਰਕ ਟੀ ਵੀ ਫੂਲ ਨਗਰ